अपराधियों को काबू करने वाली पुलिस जब निर्दोष लोगों को डराकर उनसे पैसे वसूल करने लग जाए तो आम व्यक्ति का क्या होगा, यह सोचना मुश्किल नहीं। ऐसा ही मामला सामने आया है पटियाला से। यहां अनाज मंडी थाने के दो मुलाजिमों को विजिलेंस ने रिश्वत लेते हुए रंगे हाथों काबू किया है। अगर इस थाने की बात करें तो यह थाना अक्सर ही विवादों में घिरा हुआ आ रहा है। अब इस इलाके में मोबाइल की दुकान करने वाले तरनजीत सिंह को इस थाने के हेड कांस्टेबल हरजिंदर सिंह के द्वारा नाजायज शराब का पर्चा देने की धमकी दी और कुछ ही दिनों में हेड कांस्टेबल की ओर से तरनजीत सिंह से 40,000 की रिश्वत की मांग की और कहा कि अगर वह उसे यह पैसे देगा तो वह उस पर कोई केस दर्ज नहीं करेगा। इस हेड कांस्टेबल ने थाने के PSO अशोक कुमार को तरनजीत से बात करने के लिए कह दिया। 40,000 की फिरौती मांगने वाले मुलायम और तरनजीत के बीच यह सौदा 20,000 में तय हो गया और हेड कांस्टेबल ने अपनी जगह थाने के ASI गुरमीत सिंह को यह पैसे लेने के लिए भेज दिया। पुलिस की इस धक्केशाही का शिकार बने तरनजीत सिंह ने इसकी शिकायत पटियाला के विजिलेंस ऑफिस में की। तब जाकर विजिलेंस की टीम थाने के ASI गुरमीत सिंह को 14,000 की रिश्वत लेते हुए गिरफ्तार किया। इस मौके विजिलेंस के DSP KD शर्मा ने बताया कि तरनजीत की शिकायत के बाद उनकी ओर से रिश्वत के पैसे लेने आए ASI गुरमीत सिंह को गिरफ्तार कर लिया गया है, जबकि हेड कांस्टेबल को भी जल्द ही गिरफ्तार कर लिया जाएगा। उन्होंने कहा कि थाना अनाज मंडी के मुलाजिमों की पहले भी इस तरह की काफ़ी शिकायतें आ रही थीं। उन्होंने कहा कि इस तरह का घटिया काम करने वाले मुलाजिमों को आने वाले समय में भी बख्शा नहीं जाएगा। ਅਸੀਂ ਉਹੀ ਸ਼ਰਾਬ ਤੇਰੇ 'ਤੇ ਫਿੱਟ ਕਰਾਂਗੇ। 40,000 ਰੁਪਏ ਦੀ ਡਿਮਾਂਡ ਕੀਤੀ, 30,000  'ਤੇ ਆਏ ਅਤੇ 20,000 'ਤੇ ਸੈਟਲ ਹੋਈ। ਇਹ ਇੰਨੇ ਪੈਸੇ ਅਰੇਂਜ ਨਹੀਂ ਕਰ ਸਕਿਆ ਅਤੇ 14,000 ਰੁਪਏ ਅਰੇਂਜ ਕਰ ਸਕਿਆ। ਇਹ ਪ੍ਰਾਇਮਰੀ ਡਿਮਾਂਡ ਸੀ ਹੈੱਡ ਕਸਟੇਬਲ ਹਰਜਿੰਦਰ ਸਿੰਘ ਵੱਲੋਂ ਅਤੇ SHO ਦੇ ਇੱਕ ਪਰਸਨਲ ਸਿਕਿਉਰਿਟੀ ਗਾਰਡ ਨੇ ਅਸ਼ੋਕ ਕੁਮਾਰ, ਉਹਦਾ ਐਕਚੁਅਲੀ ਰੈਂਕ ਉਹ ਬਾਰਬਰਾ ਪੁਲਿਸ ਦਾ, ਉਹ PSO ਦਾ ਕੰਮ ਕਰਦਾ ਸਿਸਟਮ ਦਾ। ਮੌਕੇ 'ਤੇ ਜਿਹੜਾ ਹੈੱਡ ਕਸਟੇਬਲ ਹਰਜਿੰਦਰ ਸਿੰਘ ਉਹ ਨਹੀਂ ਆ ਸਕਿਆ ਕਿਸੇ ਕਾਰਨ ਕਰਕੇ, ਅਤੇ ਉਹਨਾਂ ਨੇ ਗੁਰਮੀਤ ਸਿੰਘ ASI ਨੂੰ ਭੇਜਿਆ। ਗੁਰਮੀਤ ਸਿੰਘ ASI ਨੂੰ ਅਸੀਂ ਰੈਂਡ ਹੈਂਡਲ 14,000 ਰੁਪਏ ਲੈਂਦੇ ਗ੍ਰਿਫਤਾਰ ਕੀਤਾ। FIR ਦਰਜ ਹੋ ਗਈ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਹੋਰ ਕਿਸੇ ਦਾ ਰੋਲ ਆਏਗਾ ਸਾਹਮਣੇ। ਸਰ ਪਹਿਲੀ ਸ਼ਿਕਾਇਤ ਜਾਂ ਪਹਿਲਾਂ ਵੀ ਕੋਈ ਸ਼ਿਕਾਇਤਾਂ ਮਿਲੀਆਂ ਜਿਹੜੀਆਂ? ਐਕਚੁਲੀ ਦਾਣਾ ਮੰਡੀ ਪੁਲਿਸ ਸਟੇਸ਼ਨ ਦੀਆਂ ਕੰਪਲੇਂਟਸ ਬੜੀਆਂ ਜ਼ਿਆਦਾ, ਇਹਦੇ ਬਾਰੇ ਸਾਡੇ ਇੰਸਪੈਕਟਰ ਸਾਹਿਬ ਇੱਕ ਦੋ ਅਟੈਂਪਟ ਕਰ ਚੁੱਕੇ ਹੋ ਇੱਥੇ, ਬਿਗਪਾਲ ਸਿੰਘ ਜੀ, ਸਕਸੀਡ ਅਤੇ ਸ਼ਿਕਾਇਤ। ਮੇਰਾ ਨਾਮ ਹੈ ਤਰਨਜੀਤ ਸਿੰਘ ਵਿੱਕੀ, ਮੈਂ ਦਾਣਾ ਮੰਡੀ ਕੋਲ ਰਹਿੰਦਾ ਜੀ। ਸਰ ਮੇਰਾ ਨਾ ਕੋਈ ਅਨਾਜ ਮੰਡੀ 'ਚ ਨਾ ਕੋਈ ਝਗੜਾ ਜਿਹਾ ਹੋ ਗਿਆ ਕਿਸੇ ਯਾਰ ਦੋਸਤ ਦਾ, ਅਤੇ ਮੈਂ ਗਿਆ ਉੱਥੇ ਅਤੇ ਉੱਥੇ ਮਿਲੇ ਨਹੀਂ ਹੈਗੇ, ਅਤੇ ਆਪਣੇ ਹਰਿੰਦਰ ਜੀ ਮੈਨੂੰ ਜਾਣਦੇ ਸੀ। ਮੈਂ ਕਿਹਾ ਹੋਰ ਭਾਅ ਜੀ ਕੀ ਆਉਣਾ, ਮੈਂ ਠੀਕ ਹੈ। ਮੈਂ ਕਿਹਾ ਭਾਅ ਜੀ ਦਾਰੂ ਦਾ ਕੰਮ ਚੱਲ ਰਿਹਾ ਇੱਥੇ ਸ਼੍ਰੇਆਮ ਸੱਟਾ ਸੁੱਟਾ ਜਾਂਦਾ, ਮੈਂ ਕਿਹਾ ਤੁਸੀਂ ਕੰਮ, ਮੈਂ ਕਿਹਾ ਮਹਾਰਾਜ ਦੇਖਦੇ ਨਾ ਕੰਨੀ। ਕਹਿੰਦਾ ਤੂੰ ਕੀ ਲੈਣਾ, ਟਿੰਡੇ ਲੈਣੇ ਤੂੰ ਕੰਮ ਦੇ ਵਿੱਚ? ਕਿੰਨੇ ਕਿਹਾ ਤੈਨੂੰ? ਇਹ ਹਰਜਿੰਦਰ, ਉਹ ਕੌਣ ਹੈ? ਇਹ ਹਵਲਾਤ ਉਹ ਹੈ, ਉਹ ਹੈ ਜੀ, ਉਹ ਕਹਿੰਦਾ ਤੂੰ ਟਿੰਡੇ ਲੈਣੇ ਨੇ। ਮੈਂ ਕਹਿੰਦੀ ਭਾਅ ਜੀ ਮੈਂ ਤਾਂ ਵੈਸੇ ਹੱਸਿਆ, ਮੈਂ ਕਿਹਾ ਕਹਿੰਦਾ ਬਸ ਤੂੰ ਟਿੰਡੇ ਲੈਣਾ, ਤੂੰ ਮੈਨੂੰ ਲੱਗਦਾ ਤੂੰ ਦਾਰੂ ਦੇਦਾ। ਮੈਂ ਕਿਹਾ ਭਾਅ ਜੀ ਮੈਂ ਮਾਰਾ, ਮੇਰਾ ਮੋਹਲਾ ਨਾਲ ਕੰਮ ਹੈ, ਮੈਂ ਕੀ ਕੰਮ ਕਰਾਂ? ਕਹਿੰਦਾ ਮੈਨੂੰ ਪਤਾ ਲੱਗਿਆ ਤੁਸੀਂ ਕਹਿ ਦਿਓ। ਮੈਂ ਕਿਹਾ ਭਾਅ ਜੀ ਦੱਸ ਦਿਓ ਕਿ ਪਰਚਾ ਗੁੰਮ ਹੋਇਆ, ਦੱਸੋ ਮੈਨੂੰ ਜਦੋਂ ਕੀਤਾ ਹੋਵੇ। ਕਹਿੰਦਾ ਨਹੀਂ, ਕਹਿੰਦਾ ਤੂੰ ਮੈਨੂੰ ਪਤਾ ਲੱਗਿਆ ਖਾਣ ਖਾਣਾ ਹੋ ਗਿਆ। ਕਹਿੰਦਾ ਮੈਂ ਤੁਹਾਨੂੰ ਦੱਸਦਾ ਤੇਰੇ 'ਤੇ ਪੇਟੀਆਂ ਪਈਆਂ ਨੇ, ਸਾਰੀਆਂ ਦਾਰੂ ਦਿਖਾ ਦੀਆਂ ਨੇ, ਤੇਰੇ ਪੁੱਕੀ ਫੀਮ ਜੋ ਵੀ ਹੋਇਆ ਤੇ ਬਾਲਣਾ। ਫਿਰ ਮੈਂ ਦੱਸਦਾ, ਅਤੇ ਮੈਨੂੰ ਫਿਰ ਉਹਨੇ 30,000 ਦੀ ਡਿਮਾਂਡ ਕੀਤੀ ਕਿ 30,000 ਅੰਦਰ ਤੋਂ ਲਾਂਗਾ। ਮੈਂ ਕਿਹਾ ਭਾਅ ਜੀ ਮੈਂ ਤਾਂ ਮੋਹਲਾ ਕੰਮ ਕਰਦਾ, ਮੈਂ ਇਹ ਕੰਮ ਖੜਾ ਕਰਨਾ? ਕਹਿੰਦਾ ਤੇਰੇ ਮੈਂ ਦੱਸਦਾ ਬਸ। ਕਹਿੰਦਾ ਮੈਂ ਕਿਹਾ ਮੈਂ SHO ਨਾਲ ਗੱਲ ਕਰਾ ਦਿਉ ਮੇਰੀ।
ਕਹਿੰਦਾ ਐਸ ਐਚ ਓ ਤਾਂ ਹੈ ਨਹੀਂ ਉਹਨਾਂ ਨੇ, ਉਹਦੇ ਪੀ ਓ ਨਾਲ ਗੱਲ ਕਰਨਾ ਜਿਹੜਾ ਹੈਗਾ PSO ਅਸ਼ੋਕ, ਮੈਂ ਅਸ਼ੋਕ ਨਾਲ ਗੱਲ ਕਰਨੀ ਚਾਹੀ, ਉਹਨੇ ਨੰਬਰ ਮਿਲਾ ਕੇ ਦਿੱਤਾ ਅਤੇ ਮੈਂ ਅਸ਼ੋਕ ਨਾਲ ਗੱਲ ਕੀਤੀ, ਉਹਨੇ ਮੇਰੇ ਨਾਲ ਗੱਲ ਨਹੀਂ ਕੀਤੀ ਅਤੇ ਇਹਨਾਂ ਨੇ ਫਿਰ ਆਪਸ 'ਚ ਗੱਲ ਕੀਤੀ ਅਤੇ ਫਿਰ ਮੈਨੂੰ ਅਸ਼ੋਕ ਵੀ ਕਹਿਣਾ ਇਹੀ ਕਹਿਣ ਲੱਗ ਗਿਆ ਅਤੇ 30,000 ਰੁਪਏ ਲੱਗੇਗਾ। ਫਿਰ ਮੈਂ ਆਪਣੇ ਮਾਮਾ ਜੀ ਕੋਲ ਗਿਆ ਅਤੇ ਮੈਂ ਮਾਮਾ ਜੀ ਨੂੰ ਲਾਇਆ, ਮੈਂ ਕਿਹਾ ਮਾਮਾ ਜੀ ਸਾਈਨ ਕਰਕੇ 30,000 ਰੁਪਇਆ ਮੰਗ ਰਹੇ ਨੇ ਇਹਦਾ, ਵੀ ਕੋਈ ਲੈਣਾ ਨਹੀਂ ਦੇਣਾ ਨਹੀਂ। ਅਤੇ ਮੇਰੇ ਮਾਮਾ ਜੀ ਨੇ ਗੱਲ ਗੁੱਲ ਕਰਕੇ 20,000 ਦੀ ਗੱਲ ਕੀਤੀ। ਮਾਮਾ ਜੀ ਕਹਿੰਦੇ ਇਹਨਾਂ ਨੂੰ ਤਾਂ ਦੇਣਾ ਨਹੀਂ, ਆਪਾਂ ਵਿਜੀਲੈਂਸ ਦੇ ਵਿੱਚ ਜਾ ਕੇ ਇਹਨਾਂ 'ਤੇ ਕਾਰਵਾਈ ਕਰਾਵਾਂਗੇ। ਪਟਿਆਲਾ ਸੇ ਪ੍ਰਦੀਪ ਕੁਮਾਰ ਜੱਸੀ, ਆਜ਼ਾਦ TV ਨਿਊਜ਼।